ਅਸਲਾਮ ਅਲੈਕਮ ਸਾਰਿਆਂ ਦੋਸਤਾਂ ਵੀਰਾਂ ਨੂੰ ਜਨਾਬ, ਕੀ ਹਾਲ ਚਾਲ। ਇੱਕ ਵਾਰੀ ਫਿਰ ਵਿਜ਼ਿਟ ਹੋਇਆ, ਆਏ ਹਾਂ ਸਮਾਨ ਲੈ ਕੇ, ਅਤੇ ਮੈਂ ਹਾਂ ਕਬੂਤਰਾਂ ਦਾ ਸ਼ੌਕ ਕਰ ਲਈਏ, ਨਾਲ ਦੋਸਤਾਂ ਵੀਰਾਂ ਨੂੰ ਕਰਾ ਲਈਏ। ਮੇਰੇ ਖਿਆਲ ਨਾਲ ਬਿਮਾਰੀ ਪਈ ਸੀ ਉਦੋਂ ਇੱਥੇ, ਅਤੇ ਕਬੂਤਰ ਕਾਫੀ ਮਰ ਗਏ ਨੇ, ਨਹੀਂ ਤਾਂ ਅੱਗੇ ਤਾਂ ਜਾਲ ਭਰੇ ਹਨ। ਬੜੇ ਮੁਸ਼ਕਿਲ ਨਾਲ ਜੀ, ਬੜੇ ਅੰਦਰ ਦਰਵਾਜ਼ੇ ਨੂੰ ਪਿੰਨਾਂ ਜਿਹਨਾਂ ਲਾ ਸੜੀਆਂ ਨੇ, ਕਬੂਤਰ ਆ ਗਏ ਨੇ। ਬਸ ਬਿਮਾਰੀ ਨਾਲ ਕਾਫੀ ਸਾਰੇ ਕਬੂਤਰ ਮਰ ਗਏ ਨੇ ਅਤੇ ਕਾਫੀ ਸਾਰੇ ਬਿਮਾਰ ਨੇ। ਕਿਉਂਕਿ ਕਬੂਤਰਾਂ ਵਿੱਚ ਕੋਈ ਬੰਦਾ ਵੜਦਾ ਨਹੀਂ, ਐਸੇ ਗੱਲੇ ਕਬੂਤਰ ਡਰਦੇ ਨੇ ਬੜੇ। ਫੈਂਸੀ ਕਬੂਤਰ ਨੇ, ਚਿੱਟੇ ਮਕੋਏ, ਇਹ ਕਬੂਤਰ ਉੱਤੋਂ ਦੀ ਬਾਹਰ ਵੀ ਨਿਕਲ ਗਏ ਨੇ ਉਹ ਪਿੱਛੋਂ। ਮਾਸ਼ਾਅੱਲਾ ਜੀ, ਬੜੇ ਪਿਆਰੇ ਕਬੂਤਰ ਨੇ। ਇਹ ਵੇਖੋ ਤੋਤਿਆਂ ਨਾਲ ਦੀਆਂ, ਚੂਹੀਆਂ ਦੇ ਨਾਲ ਦੀਆਂ। ਇਹ ਦੇ ਬਾਹਰ ਨਿਕਲ ਚਲੀਏ, ਜਾਲੀ ਪਾਟੀ ਹੈ ਚੌਕੀ। ਮਾਸ਼ਾਅੱਲਾ ਜੀ, ਜ਼ਬਰਦਸਤ ਵਿਊ। ਹੁਣ ਕਾਫੀ ਕਬੂਤਰ ਬਾਹਰ ਵੀ ਨਿਕਲ ਗਏ ਨੇ। ਤੁਸੀਂ ਵੀਡੀਓ ਪਸੰਦ ਆਈ, ਲਾਈਕ ਅਤੇ ਕਮੈਂਟ ਜ਼ਰੂਰ ਕਰਿਓ, ਦੋਸਤਾਂ ਨਾਲ ਸ਼ੇਅਰ ਵੀ ਸਾਡੀ ਵੀਡੀਓ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ 'ਤੇ ਹੱਥ ਜ਼ਰੂਰ ਲਾ ਦਿਓ ਸਾਡੀਆਂ ਲੇਟੈਸਟ ਵੀਡੀਓ ਵੇਖਣ ਵਾਸਤੇ। ਇਨਸ਼ਾਅੱਲਾ ਅਸੀਂ ਤੁਹਾਡੇ ਵਾਸਤੇ ਮਜ਼ੇਦਾਰ ਵੀਡੀਓ ਲੈ ਕੇ ਆਉਂਦੇ ਰਹਾਂਗੇ। ਕਬੂਤਰ ਜਾਲੀ ਤੋਂ ਬਾਹਰ ਵੀ ਨਿਕਲੇ ਨੇ। ਵਿਊ ਇਹਨਾਂ ਜਿਹੜੇ ਕੋਈ ਆਲੇ ਛਾਲੇ ਬਣਾਏ ਨੇ, ਐ ਵੇਖੋ ਇੰਨੀ ਬਾਹਰ ਨਿਕਲ ਕੇ ਉੱਡ ਵੀ ਗਏ ਨੇ ਸਾਡੇ ਕੋਲ ਕਬੂਤਰ। ਆਪਣਾ ਖਿਆਲ ਰੱਖਿਓ, ਦੁਆਵਾਂ 'ਚ ਜ਼ਰੂਰ ਯਾਦ ਰੱਖਿਓ। ਮਿਲਦੇ ਹਾਂ ਇਨਸ਼ਾਅੱਲਾ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।